ਕੀ ਆਪੋ ਆਪਣੀ ਕੋਈ ਨਾ ਬੰਧੇ ਸਾਰੇ ਬਾਹਰ ਗਿਆ ਨਹੀਂ ਕਰਦੇ ਰਹਿਣਾ।
ਦਸਵੀਂ ਪਾਸ ਕੀਤੀ। ਉਹ ਪਿਤਾ ਜੀ ਨਾਲ ਖੇਤੀ ਦਾ
ਕੰਮ ਵੀ ਕਰਾਇਆ ਕਰਦੇ ਸਨ। ਪੜ੍ਹਾਈ ਦੇ ਵਿੱਚ ਹੀ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਬਾਅਦ ਵਿੱਚ ਉਹ ਸਿਗਨਲ ਕੋਰ ਵਿੱਚ ਭਰਤੀ ਹੋ ਗਏ। ਲਗਨ ਅਤੇ ਸੂਝ-ਬੂਝ ਦਾ ਸਦਕਾ ਹੀ ਉਹਨਾਂ ਨੇ ਅਨੇਕਾਂ ਤਰ੍ਹਾਂ ਦੇ ਕੋਰਸ ਕੀਤੇ। 1 ਜਨਵਰੀ 1978 ਨੂੰ ਸੂਬੇਦਾਰ ਮੇਜਰ ਦਾ ਰੈਂਕ ਲੈ ਕੇ ਉਹ ਰਿਟਾਇਰ ਹੋਏ। ਉਸ ਤੋਂ ਬਾਅਦ ਉਹਨਾਂ ਨੇ ਟੈਲੀਕਾਮ ਇੰਜੀਨੀਅਰ ਆਪਰੇਸ਼ਨ ਸਵਿਤਰਾ ਕੰਪਨੀ ਇਰਾਕ ਵਿੱਚ ਸੇਵਾ ਨਿਭਾਉਣ ਚਲੇ ਗਏ। 7 ਮਈ 1983 ਤੱਕ ਉਹਨਾਂ ਨੇ ਇਸ ਕੰਪਨੀ ਵਿੱਚ ਚੰਗੀਆਂ ਸੇਵਾਵਾਂ ਨਿਭਾਈਆਂ। ਉਹਨਾਂ ਨੇ ਆਪਣੀ ਇਮਾਨਦਾਰੀ ਦੀ ਕਮਾਈ ਨਾਲ ਆਪਣੇ ਪਰਿਵਾਰ ਦੀ ਅਤੇ ਆਪਣੇ ਬੇਟਿਆਂ ਦੀ ਪਰਵਰਿਸ਼ ਕੀਤੀ। ਉਹਨਾਂ ਨੂੰ ਵਧੀਆ ਸੰਸਕਾਰ ਦਿੱਤੇ। ਉਹਨਾਂ ਦੇ ਪੁੱਤਰ ਸਰਦਾਰ ਬਲਵਿੰਦਰ ਸਿੰਘ, ਸਰਦਾਰ ਜਸਵੀਰ ਸਿੰਘ ਅਤੇ ਬੇਟੀ ਬੀਬੀ ਹਰਦੇਵ ਕੌਰ, ਜੋ ਕਿ ਆਪੋ ਆਪਣੇ ਘਰੀਂ ਬਿਲਕੁਲ ਸੈੱਟ ਹਨ। ਉਹਨਾਂ ਨੇ 25 ਸਾਲ ਇਸ ਗੁਰਦੁਆਰਾ ਸਾਹਿਬ ਦੀ ਸਕੱਤਰ ਦੀ ਸੇਵਾ ਨਿਭਾਈ। ਜਦੋਂ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਬਣੀ ਤਾਂ ਉਹਨਾਂ ਨੇ ਯੋਗ ਅਗਵਾਈ ਕੀਤੀ। ਉਹਨਾਂ ਨੇ ਸਾਡੇ ਨਾਲ ਸਿਰ ਤੇ ਟੋਕਰੀ ਵੀ ਧੋਈ। ਜਦੋਂ ਕਿਤੇ ਅਸੀਂ ਗੁਰਦੁਆਰੇ ਦਾ ਸਮਾਨ ਖਰੀਦਣ ਜਾਂਦੇ ਤਾਂ ਹਮੇਸ਼ਾ ਹੀ ਉਹ ਆਪਣੀ ਜੇਬ ਵਿੱਚੋਂ ਕਿਰਾਇਆ ਅਤੇ ਰੋਟੀ ਦਾ ਖਰਚਾ ਆਪ ਦਿਆ ਕਰਦੇ ਸਨ, ਜਿਸ ਤੋਂ ਉਹਨਾਂ ਦੀ ਸੇਵਾ ਭਾਵਨਾ ਅਤੇ ਨਿਮਰਤਾ ਦਾ ਪਤਾ ਲੱਗਦਾ ਹੈ। ਆਪ ਨੇ ਸ਼ਮਸ਼ਾਨ ਘਾਟ ਦੀ ਦਰਵਾਜ਼ੇ ਦੀ ਅਤੇ ਛੱਪੜ ਦਾ ਕੰਮ ਬੜੀ ਤਨਦੇਹੀ ਨਾਲ ਕਰਾਇਆ। ਮੈਨੂੰ ਉਹਨਾਂ ਨਾਲ 25 ਸਾਲ ਰਹਿਣ ਦਾ ਮੌਕਾ ਮਿਲਿਆ। ਉਹ ਸਪੱਸ਼ਟ ਅਤੇ ਸਦਾ ਸੱਚੀ ਗੱਲ ਕਰਿਆ ਕਰਦੇ ਸਨ, ਭਾਵੇਂ ਅੱਗੇ ਵਾਲਾ ਨਾਰਾਜ਼ ਕਿਉਂ ਨਾ ਹੋ ਜਾਵੇ। ਉਹਨਾਂ ਦਾ ਸੁਭਾਅ ਬਹੁਤ ਨਿਮਰਤਾ, ਮਿੱਠ ਬੋਲਣਾ ਅਤੇ ਮਿਲਣਸਾਰ ਸੀ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਸਮਾਜ ਪ੍ਰਤੀ ਨਿਸ਼ਕਾਮ ਸੇਵਾ ਕਰ